ਭੁੱਖ ਨੰਗ ਵੀ ਲੋਕ ਮਹਿੰਗਾਈ ਅੱਠਾਂ ਬਾਤ ਹੋ ਗਏ ਤੰਗ ਵੀ ਉਹ ਤੈਨੂੰ ਪਿੱਟ ਦੇ ਗਰੀਬ ਰਾਲ ਸਾਰੇ ਅਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰੇ ਅਲੋਕ ਨੇ ਜਵਾਬ ਮੰਗਦੇ ਉਹ ਗੋਲੀਆਂ ਸੰਗੀਨਾਂ ਨਾਲ ਲੋਕਾਂ ਨੂੰ ਡਰਾ ਲਿਆ ਤਾਕਤ ਦਾ ਜ਼ੋਰ ਵੀ ਤੂੰ ਬਹੁਤ ਅਜ਼ਮਾ ਲਿਆ ਗੋਲੀਆਂ ਸੰਗੀਨਾਂ ਨਾਲ ਲੋਕਾਂ ਨੂੰ ਡਰਾ ਲਿਆ ਤਾਕਤ ਦਾ ਜ਼ੋਰ ਵੀ ਤੂੰ ਬਹੁਤ ਅਜ਼ਮਾ ਲਿਆ ਉਹ 15-15 ਲੱਖ ਵਾਲੇ ਲਾਏ ਝੂਠੇ ਲਾਰੇ ਇਹ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰੇ ਆ ਲੋਕ ਨੇ ਜਵਾਬ ਮੰਗਦੇ ਆਪਣੀਆਂ ਕੀਤੀਆਂ ਤੇ ਤੈਨੂੰ ਰੋਣਾ ਪਏਗਾ ਸਾਡੇ ਵਿੱਚ ਆ ਕੇ ਵੀ ਖਲੋਣਾ ਤੈਨੂੰ ਪਏਗਾ ਆਪਣੀਆਂ ਕੀਤੀਆਂ ਤੇ ਤੈਨੂੰ ਰੋਣਾ ਪਏਗਾ ਵੋਟਾਂ ਦੀ ਸਾਡੇ 'ਚ ਖਲੋਣਾ ਤੈਨੂੰ ਪਏਗਾ ਉਹ ਫਿਰ ਇਕੱਠੇ ਹੋ ਕੇ ਪੁੱਛਦੇ ਆ ਸਾਰੇ ਆ ਲੋਕ ਨੇ ਜਵਾਬ ਮੰਗਦੇ ਕੁਝ ਬੋਲ ਤੂੰ ਮੋਦੀ ਸਰਕਾਰੇ ਇਹ ਪੰਜਾਬ ਪੰਜ ਪਿਆਰਿਆਂ ਦੀ ਉਹਨਾਂ ਮਹਾਨ ਅਮਰ ਸ਼ਹੀਦਾਂ ਦੀ ਧਰਤੀ ਜਿੱਥੋਂ ਅੰਨ ਪੈਦਾ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਿਆ ਜਾਂਦਾ ਪਰ ਅੱਜ ਪੰਜਾਬ ਦਾ ਬਾਰਡਰ ਪਾਕਿਸਤਾਨ ਦੇ ਬਾਰਡਰ ਨਾਲੋਂ ਵੀ ਸਖਤ ਕਰ ਦਿੱਤਾ ਇਸ ਮੋਦੀ ਨੇ ਜਿਸਨੇ 15-15 ਲੱਖ ਦੇ ਲਾਰੇ ਲਾ ਕੇ ਵੋਟਾਂ ਲੈ ਕੇ ਕੁਰਸੀ 'ਤੇ ਬਹਿ ਗਿਆ ਪਰ ਹਿੰਦ ਭਾਰਤ ਦੀ ਆਜ਼ਾਦੀ ਦੇ ਅੰਦਰ ਇੱਕ ਨਵੇਂ ਪੈਸੇ ਦਾ ਰੋਲ ਨਹੀਂ ਇਹ ਅਟਲ ਬਿਹਾਰੀ ਵਾਜਪਾਈ ਭੱਜ ਕੇ ਚੱਲਿਆ ਗਿਆ ਕਹਿੰਦਾ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਮਾਫ਼ੀ ਮੰਗ ਕੇ ਚੱਲਿਆ ਗਿਆ ਅੱਜ ਉਹ ਲੋਕ ਕੁਰਸੀ 'ਤੇ ਬਹਿ ਗਏ ਜਿਨ੍ਹਾਂ ਨੇ ਆਪਣੇ ਦਫ਼ਤਰ 'ਤੇ ਵੀ ਅੱਜ ਹਿੰਦੁਸਤਾਨ ਦਾ ਕੌਮੀ ਝੰਡਾ ਨਹੀਂ ਲਹਿਰਾਇਆ ਕਹਿੰਦਾ ਸਾਡਾ ਭਗਵਾਂ ਝੰਡਾ ਹੈ ਇਹ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਭਾਰਤ ਵਰਸ਼ ਇੱਕ ਉਹ ਚੀਜ਼ ਹੈ ਤਰ੍ਹਾਂ ਤਰ੍ਹਾਂ ਦੇ ਫੁੱਲ ਏਕਤਾ ਚ ਅਨੇਕਤਾ ਇਹ ਕਹਿੰਦਾ ਹਿੰਦੁਸਤਾਨ ਹਿੰਦੂਆਂ ਦਾ ਦੇਸ਼ ਹੈ ਅਤੇ ਘੱਟ ਗਿਣਤੀ ਲੋਕਾਂ ਨੂੰ ਸਿੱਖਾਂ ਹਿੰਦੂ ਮੁਸਲਮਾਨ ਵਿਸਾਈਆਂ ਸਾਰਿਆਂ ਨੂੰ ਵਿਸਾਰ ਕੇ ਇੱਕ ਹਿੰਦੁਸਤਾਨ ਹਿੰਦੂਆਂ ਦਾ ਰਾਸ਼ਟਰ ਬਣਾਉਣਾ ਚਾਹੁੰਦਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਇਹਨੂੰ ਸਮਝਾਉਣ ਦੇ ਲਈ ਅੱਜ ਹਿੰਦੁਸਤਾਨ ਦੇ ਲੋਕ ਨੌਜਵਾਨ ਬੇਰੁਜ਼ਗਾਰ ਜਵਾਨ ਕਿਸਾਨ ਸਾਰੇ ਇਕੱਠੇ ਹੋ ਕੇ ਇਹਦਾ ਰੋਣਾ ਪੀਟਣਾ ਕਰ ਰਹੇ ਹਾਂ ਕਿ ਭੁੱਖੇ ਸਿਆਏ ਲੋਕ ਮਾਰਤੇ ਮੋਦੀ ਨੇ ਉਹ ਮੋਦੀ ਤੈਨੂੰ ਚੱਕ ਕੇ ਗੋਦੀ ਪਹੁੰਚਾ ਦਿਆਂਗੇ ਦਿੱਲੀ ਤੋਂ ਪਾਰ ਉਹ ਤੇਰਾ ਕੋਈ ਨਹੀਂ ਹੋਣੇਗਾ ਖਬਰਸਾਰ ਅਤੇ ਠੀਕ ਹੈ ਬਾਪੂ ਬਹੁਤ ਲੰਬਾ ਹੋ ਗਿਆ ਇੰਨਾ ਤਾਂ ਜਾਣਾ।